व्यूअर्स वेलकम बैक टू न्यूज़ टीवी 84 ब्रेक तो बाद सर नाल जुड़ चुके ने वेरी फेमस रेडियो शो मंजिल दे होस्ट सरदार हरप्रीत सिंह फ्रॉम कैना जी। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। हरप्रीत सिंह जी, सब तो पहला तुसी भाई गुरबख्श सिंह वालों रखी भुख हड़ताल के मुद्दे संबंधी की कहना चाहोगे, इस बारे जानकारी दो। जी बहुत बहुत धन्यवाद, और जिन्हें भी साढ़े टीवी 84 के स्रोते ने व्यूअर ने उन्हां दा बहुत बहुत धन्यवाद कि सुनते ने प्रोग्राम नूं। जी जी, भाई गुरबख्श सिंह उन्हां दी जिहड़ी एक उन्हां नूं मरण वरत रखना पिया। हां जी, जे मैं इह कहां कि भावें कि पॉजिटिव ही है, पर इह एक जो उह वरतारा उस जगह दा वरत रिहा उहदे लई एक माड़ी गल भी है। माड़ी गल इस तरीके दे नाल है कि देखो, एक आम नागरिक नूं जिहड़े जेलां दे विच बैठे उह लोक ने जिहड़े ऑलरेडी अपनियां सजावां पूरियां कर चुके ने जी, उहनां दे विच भाई लखविंदर सिंह ने, भाई शमशेर सिंह ने, भाई लाल सिंह ने, भाई गुरदीप सिंह ने, भाई गुरमीत सिंह ने, और इह तों इलावा भी एक होर नाम मेरे ज़हन दे विच हमेशा आउंदा, उह भाई मेजर सिंह कुत्तीवाल जिहड़े कि यूपी दी एक जेल दे विच नज़रबंद ने, और अपने बचपन दे वेले तों कोई 14 साल दी उम्र होएगी उस वेले भाई मेजर सिंह कुत्तीवाल दी, और अज भी उह जेल दीआं उहनां सलाखां दे पिछे जिहड़ा अपना जीवन है उह बसर कर रहे ने। हांजी, जिहड़ी गल मैं कीती है कि नैगेटिव क्यों है, उहदे च नैगेटिव इह गल है कि एक आम इंसान नूं, एक आम नागरिक नूं उहनां जेलां दे विच जिहड़े बंद कैदी ने, जिहड़े अपनियां सजावां पूरियां कर चुके ने, जिहड़ियां उहनां दे जजां दे वल्लों सो कॉल्ड अखौती जजां दे वल्लों दित्तियां गईयां ने, उह भी पूरियां करन तों बाद भी अज तक उह छड्डे नहीं गए। हांजी, इह गल कह के कि इह देश दी एकता ते अखंडता दे लई खतरा हो सकदे ने। जी, हुण इक पासे उह लोक ने जिहड़े जेलां दे विच लैंग्विश कर रहे ने, अपनी जिहड़ी अपनी लाइफ, अपनी जिहड़ी जिंदगी है उह इक तरह दे नाल, जे मैं इह कहांगा कि खराब हो रही उहनां दी जिंदगी, ते उह कोई अतकथनी वाली गल नहीं होएगी। हांजी, ਉਹ ਜੇਲਾਂ ਦੀਆਂ ਕੋਠੜੀਆਂ ਪਿੱਛੇ ਸੜ ਰਹੇ ਨੇ, ਪਰ ਦੂਸਰੇ ਪਾਸੇ ਉਹ ਦਰਿੰਦੇ ਨੇ ਜਿਨ੍ਹਾਂ ਨੇ ਹਜ਼ਾਰਾਂ ਹੀ ਬੇਗੁਨਾਹ ਲੋਕਾਂ ਨੂੰ ਕਤਲ ਕੀਤਾ ਜੀ, ਔਰ ਉਹ ਤੋਂ ਬਾਅਦ ਵੀ ਜਿਹੜੀਆਂ ਉਹ ਆਪਣੀਆਂ, ਚਾਹੇ ਉਹ ਪਾਰਲੀਮੈਂਟ ਦੇ ਵਿੱਚ ਹੋਣ, ਚਾਹੇ ਆਪਣੇ ਅਹੁਦਿਆਂ ਦੇ ਉੱਤੇ ਹੋਣ, ਚਾਹੇ ਆਪਣੀ ਸਮਾਜਿਕ ਜ਼ਿੰਦਗੀ ਦੇ ਵਿੱਚ ਉਹ ਵਧੀਆ ਜ਼ਿੰਦਗੀ ਦੀ ਜਿਹੜੀ ਆ ਉਹ ਬਸ਼ਰ ਕਰ ਰਹੇ ਨੇ। ਹੁਣ ਇੱਕ ਪਾਸੇ ਉਹ ਸਿੱਖ ਨੇ ਜਿਨ੍ਹਾਂ ਨੇ ਆਪਣੀਆਂ ਜੇਲਾਂ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਉਹਨਾਂ ਨੂੰ ਅਜੇ ਤੱਕ ਛੱਡਿਆ ਨਹੀਂ ਗਿਆ। ਹੁਣ ਦੂਸਰੇ ਪਾਸੇ ਉਹ ਹਿੰਦੂਤਵੀ ਜਿਹੜੇ ਅੱਤਵਾਦੀ ਨੇ, ਜਿਨ੍ਹਾਂ ਨੇ ਬੇਗੁਨਾਹ ਲੋਕਾਂ ਨੂੰ ਕਤਲ ਕੀਤਾ, ਜਿਨ੍ਹਾਂ ਨੂੰ 6-6, 7-7 ਫਾਂਸੀਆਂ ਹੋਈਆਂ ਕਿਸ਼ੋਰੀ ਲਾਲ ਕਸਾਈ ਵਰਗੇ ਲੋਕਾਂ ਨੂੰ, ਔਰ ਉਹਦੇ ਉੱਤੇ ਕੋਗਨੀਜੈਂਸ ਲਿਆ ਜਾ ਰਿਹਾ ਉਸ ਸਰਕਾਰ ਦੇ ਵੱਲੋਂ ਕਿ ਹਾਂ, ਇਹਦਾ ਜੇਲ੍ਹ ਦੇ ਵਿੱਚ ਜਿਹੜਾ ਵਰਤਾਰਾ ਸੀ ਜਾਂ ਦੂਸਰੇ ਨਾਲ ਵਿਹਾਰ ਸੀਗਾ ਉਹ ਵਧੀਆ ਹੋ ਚੁੱਕਾ, ਸੋ ਇਹਨੂੰ ਛੱਡ ਦੇਣਾ ਚਾਹੀਦਾ। ਹਾਂਜੀ, ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜੋ ਭਾਈ ਗੁਰਬਖਸ਼ ਸਿੰਘ ਜਿਹੜੇ 48-49 ਸਾਲ ਦੀ ਉਮਰ ਦੇ ਨੇ ਅਜੇ, ਔਰ ਉਹਨਾਂ ਨੂੰ ਇਹ ਇੱਕ ਪੀੜਾ ਚੱਕਣਾ ਪਿਆ, ਉਹਨਾਂ ਨੂੰ ਇਹ ਕੰਮ ਜਿਹੜਾ, ਇਹ ਕਾਜ ਜਿਹੜਾ ਹੈਗਾ ਆਰੰਭਣਾ ਪਿਆ, ਕੋਈ ਉਹਨਾਂ ਨੇ ਇਹ ਨੀ ਹੈਗਾ ਕਿ ਚਾਨਚੱਕ ਇਹ ਚੀਜ਼ ਕਰ ਲਈ, ਉਹਦੇ ਲਈ ਗਰਾਊਂਡ ਤਿਆਰ ਕੀਤੀ ਗਈ ਪਹਿਲਾਂ, ਵੱਖਰੇ ਵੱਖਰੇ ਥਾਵਾਂ ਦੇ ਉੱਤੇ ਮੈਮੋਰੈਂਡਮ ਵੀ ਦਿੱਤਾ ਗਿਆ, ਜਿਹੜੀਆਂ ਅਥਾਰਟੀਜ਼ ਸਨ, ਸੰਬੰਧਿਤ ਅਧਿਕਾਰੀ ਸਨ, ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ, ਇੱਕ ਇਹ ਮੂਵਮੈਂਟ ਵੀ ਬਣਾਈ ਗਈ, ਔਰ ਉਹ ਤੋਂ ਬਾਅਦ ਜਦੋਂ ਉਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੂਨ ਹੀ ਸਰਕੀ, ਜਿਹਦੇ ਵਿੱਚ ਚਾਹੇ ਉਹ ਬਾਦਲ ਦੀ ਪੁਸ਼ਤ ਪਨਾਈ ਹੋਵੇ ਉਹਨੂੰ ਸਾਰੇ ਦੇ ਸਾਰੇ ਕਾਜ ਨੂੰ, ਹਾਂ ਹੋ ਸਕਦਾ ਕੱਲ ਨੂੰ ਉਹ ਆਪਣਾ ਪੱਲਾ ਇਸ ਤਰ੍ਹਾਂ ਦੇ ਨਾਲ ਝਾੜ ਲਵੇ, ਕਿਉਂਕਿ ਬਹੁਤ ਹੀ ਸ਼ਰੂੜ ਇੱਕ ਤਰ੍ਹਾਂ ਦੇ ਨਾਲ ਉਹ ਪੋਲੀਟੀਸ਼ੀਅਨ ਹੈ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਦੇ ਉੱਤੇ, ਹੋ ਸਕਦਾ ਕੱਲ ਨੂੰ ਉਹ ਵਿੱਚੋਂ ਲੂਪਹੋਲ ਕੱਟ ਕੇ ਚੋਰ ਮੋਰੀਆਂ ਦੀ ਥਾਣੀ ਬਾਹਰ ਨਿਕਲ ਵੀ ਜਾਵੇ ਕਿ ਦੇਖੋ ਜੀ ਇਹ ਤਾਂ ਜਿਹੜੀ ਕਰਨਾਟਕ ਸਟੇਟ ਦਾ ਮਸਲਾ ਸੀਗਾ, ਪੰਜਾਬ ਦਾ ਕੋਈ ਮਸਲਾ ਨਹੀਂ ਹੈਗਾ। ਹਾਂਜੀ, ਪਰ ਜਦੋਂ ਪੈਰੋਲ ਦੇ ਉੱਤੇ ਵੀ ਆਉਂਦੇ ਹੁੰਦੇ ਨੇ ਤੇ ਉਦੋਂ ਵੀ ਇਹਨਾਂ ਦੇ ਕੋਲੋਂ ਜਿਹੜੀ ਆ ਜਾਣਕਾਰੀ ਲਈ ਜਾਂਦੀ ਆ ਵੀ ਹਾਂ ਭਾਈ ਦੱਸੋ ਉੱਥੇ ਕਿਹੋ ਜਿਹਾ ਉਹਨਾਂ ਦਾ ਵਰਤਾਰਾ ਸੀਗਾ, ਉਹਨਾਂ ਦਾ ਵਿਹਾਰ ਕਿਹੋ ਜਿਹਾ ਸੀ, ਤੇ ਉਦੋਂ ਵੀ ਇਹਨਾਂ ਦੇ ਵੱਲੋਂ ਜਿਹੜੇ ਅੱਜ ਪੰਜਾਬ ਦੇ ਵਿੱਚ ਵੀ ਕਾਬਜ਼ ਨੇ ਉਹਨਾਂ ਦੇ ਵੱਲੋਂ ਇਹ ਗੱਲਾਂ ਕੀਤੀਆਂ ਜਾ ਚੁੱਕੀਆਂ ਨੇ, ਬਹੁਤ ਸਾਰੇ ਕੇਸ ਸਾਡੇ ਸਾਹਮਣੇ ਹੈਗੇ ਨੇ ਜਿਹਨਾਂ ਦੇ ਵਿੱਚ, ਜਿੱਦਾਂ ਭਾਈ ਹਵਾਰਾ ਦਾ ਕੇਸ ਸੀਗਾ, ਉਹਦੀਆਂ ਜੋ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਨੇ ਸੈਣੀ ਦੇ ਲਈ, ਜਾਂ ਈਵਨ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਕੇਸ ਦੇ ਵਿੱਚ,
ਉਦੋਂ ਪੰਜਾਬ ਸਰਕਾਰ ਦੇ ਵੱਲੋਂ ਟਿੱਪਣੀਆਂ ਗਈਆਂ ਨੇ ਕਿ ਜਿਹੜਾ ਜਿਹੜਾ ਪੰਜਾਬ ਪੁਲਿਸ ਦਾ ਉਹ ਮੁਖੀ ਅੱਜ ਥਾਪਿਆ ਹੋਇਆ ਸੈਣੀ ਵਰਗੇ ਜਿਹੜੇ ਲੋਕ ਨੇ ਹਾਂਜੀ ਉਹ ਬਿਲਕੁਲ ਉਹਨਾਂ ਦਾ ਦਾਮਨ ਸਾਫ ਹੈ ਔਰ ਇਹ ਜਿਹੜੇ ਲੋਕ ਨੇ ਇਹ ਅੱਤਵਾਦੀ ਕਿਸਮ ਦੇ ਲੋਕ ਨੇ ਸੋ ਇਸੇ ਤਰੀਕੇ ਦੇ ਨਾਲ ਹੋ ਸਕਦਾ ਕਿ ਜਿਹੜਾ ਇੱਕ ਕਾਜ ਜਿਹੜਾ ਇੱਕ ਮੂਵਮੈਂਟ ਆਰੰਭੀ ਗਈ ਆ ਸਰਦਾਰ ਗੁਰਬਖਸ਼ ਸਿੰਘ ਉਹਨਾਂ ਦੇ ਵੱਲੋਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਬਾਰੇ ਵੀ ਇਹੀ ਕੁਝ ਕਿਹਾ ਜਾਵੇ ਕਿ ਸਾਡੇ ਕਾਰਜ ਖੇਤਰ ਚੋਂ ਸਾਡੀ ਜਿਹੜੇ ਅਧਿਕਾਰ ਖੇਤਰ ਚੋਂ ਇਹ ਚੀਜ਼ਾਂ ਬਾਹਰ ਸਨ ਜਿਹਦੇ 'ਚ ਪੰਜਾਬ ਦੀ ਸਰਕਾਰ ਕੁਝ ਨਹੀਂ ਕਰ ਸਕਦੀ ਹਾਂ ਇਹ ਸਾਰਾ ਕੁਝ ਸੈਂਟਰ ਦੀ ਜਿਹੜੀ ਕਾਂਗਰਸ ਸਰਕਾਰ ਆ ਉਹ ਉਹਨੇ ਕੀਤਾ ਪਰ ਸਵਾਲ ਇਹ ਪੈਦਾ ਹੁੰਦਾ ਕਿ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਰਾਜ ਦੀ ਸਰਕਾਰ ਹੋਵੇ ਸਟੇਟ ਦੀ ਸਰਕਾਰ ਹੋਵੇ ਇਹਨਾਂ ਦੇ ਵੱਲੋਂ ਕੋਈ ਵੀ ਇਹੋ ਜਿਹੀ ਚਾਰਾਜੋਈ ਨਹੀਂ ਕੀਤੀ ਜਾਏ ਕੀਤੀ ਗਈ ਕੋਈ ਵੀ ਇਹੋ ਜਿਹੀ ਪਹਿਲਕਦਮੀ ਨਹੀਂ ਕੀਤੀ ਗਈ ਸਿਵਾਏ ਇਸ ਦੇ ਕਿ ਲੋਕਾਂ ਨੂੰ ਇਹ ਭਰਮਾਇਆ ਜਾ ਸਕੇ ਵੀ ਜਿਹੜਾ 1984 ਦੇ ਵਿੱਚ ਹੋਇਆ ਉਹਨੂੰ ਭੁੱਲ ਜਾਓ ਹਾਂਜੀ ਪਰ ਇੱਕ ਪਾਸੇ ਭੁੱਲਣ ਦੀ ਗੱਲ ਕੀਤੀ ਜਾਂਦੀ ਪਰ ਦੂਸਰੇ ਪਾਸੇ ਇਹ ਲੋਕ ਆਪ ਉਹਨਾਂ ਲੋਕਾਂ ਨੂੰ ਨਹੀਂ ਭੁੱਲ ਰਹੇ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਆਪਣੇ ਹੱਕ ਲੈਣ ਦੇ ਲਈ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਸੰਘਰਸ਼ ਆਰੰਭ ਕੀਤੇ ਸਨ ਜੀ ਬਿਲਕੁਲ ਸੋ ਇਹ ਇੱਕ ਬਹੁਤ ਵੱਡੀ ਇੱਕ ਕੋਗਨੀਟਿਵ ਡਿਸੋਨੈਂਸ ਹੈਗੀ ਆ ਉਹਨਾਂ ਦੇ ਕੰਮਾਂ ਦੇ ਵਿੱਚ ਤੇ ਉਹਨਾਂ ਦੇ ਕਹਿਣੀਆਂ ਦੇ ਵਿੱਚ ਜੇ ਉਹੀ ਬਾਦਲ ਨੇ ਜਿਹੜੇ ਚਾਹੇ ਉਹ ਇਜ਼ਹਾਰ ਆਲਮ ਹੋਵੇ ਚਾਹੇ ਉਹ ਸੈਣੀ ਹੋਵੇ ਸਮੇਤ ਸੈਣੀ ਜਿਹਨਾਂ ਨੇ ਪੁਸ਼ਤ ਪਨਾਈ ਕੀਤੀ ਆ ਹੁਣ ਇਸੇ ਤਰ੍ਹਾਂ ਦੀ ਪੁਸ਼ਤ ਪਨਾਈ ਇੱਕ ਵਾਰ ਨੀ ਹੋਈ ਹੁਣ ਜਿਹੜਾ ਕੇਸ ਸਰਦਾਰ ਸਤਨਾਮ ਸਿੰਘ ਮਾਣਕ ਹੋਣਾ ਦਾ ਹੈਗਾ ਜਿਹਦੇ ਵਿੱਚ ਇੱਕ ਨਵੀਂ ਵਰਡਿਕਟ ਆਈ ਉਹਦੇ ਵਿੱਚ ਵੀ ਕੁਝ ਇੱਕ ਚੀਜ਼ਾਂ ਇਸੇ ਤਰ੍ਹਾਂ ਦੀਆਂ ਹੋਈਆਂ ਸਨ ਪਰ ਉਹ ਮੈਨੂੰ ਲੱਗਦਾ ਕਿ ਕਿਸੇ ਹੋਰ ਸਮੇਂ ਦੇ ਉੱਤੇ ਜਾਂ ਅਸੀਂ ਕਿਸੇ ਦੂਸਰੇ ਸਵਾਲ ਦੇ ਵਿੱਚ ਇਹਦਾ ਜਵਾਬ ਦੇ ਸਕਦੇ ਹਾਂ ਪਰ ਜੋ ਸਰਦਾਰ ਗੁਰਬਖਸ਼ ਸਿੰਘ ਦੇ ਕੇਸ ਦੇ ਵਿੱਚ ਮੈਨੂੰ ਲੱਗਦਾ ਉਹ ਇਹੀ ਹੈ ਕਿ ਉਹਨਾਂ ਨੂੰ ਇੱਕ ਆਮ ਵਿਅਕਤੀ ਨੂੰ ਆਮ ਨਾਗਰਿਕ ਨੂੰ ਇਹ ਅੱਕ ਕੇ ਅੱਕ ਚੱਬਣੀ ਪਈ ਹੈ ਔਰ ਦੂਸਰੇ ਪਾਸੇ ਜਦੋਂ ਅਸੀਂ ਮੀਡੀਆ ਦਾ ਰੋਲ ਦੇਖਦੇ ਹਾਂ ਉਹ ਵੀ ਨਿੱਤਰ ਕੇ ਸਾਡੇ ਅੱਗੇ ਸਾਹਮਣੇ ਆ ਰਿਹਾ ਕਿ ਮੀਡੀਆ ਦਾ ਕੀ ਰੋਲ ਹੈ ਜਿਸ ਹਿਸਾਬ ਦੇ ਨਾਲ ਇਹ ਖਬਰ ਨੂੰ ਰੋਲਿਆ ਗਿਆ ਉਹਦੇ ਵਿੱਚ ਜੀ ਮੀਡੀਆ ਦੇ ਵੱਲੋਂ ਕੋਈ ਗੱਲ ਇਹੋ ਜਿਹੀ ਬਾਹਰ ਨਹੀਂ ਲਿਆਂਦੀ ਗਈ ਅੰਨਾ ਹਜ਼ਾਰੇ ਦੇ ਵੱਲੋਂ ਜਿਹੜਾ ਪੰਜ ਪੰਜ ਸੱਤ ਸੱਤ ਮਿੰਟ ਦੀ ਕਵਰੇਜ ਜਿਹੜੀ ਆ ਉਹ ਦਿੱਤੀ ਜਾਂਦੀ ਰਹੀ ਆ ਉਹ ਜਿਹੜਾ ਬਾਬਾ ਰਾਮਦੇਵ ਸੀ ਉਹਦੀ ਜੋ ਭੁੱਖ ਹੜਤਾਲ ਸੀ ਜਾਂ ਮਰਨ ਵਰਤ ਸੀ ਸੋ ਕਾਲਡ ਖੌਤੀ ਉਹਦੇ ਬਾਰੇ ਪੰਜ ਪੰਜ ਮਿੰਟ ਦੀਆਂ ਇਹ ਖਬਰਾਂ ਦਿੱਤੀਆਂ ਗਈਆਂ ਪਰ ਜਿਹੜੀ ਖਬਰ ਕੋਈ ਵੀ ਖਬਰ ਜਿਹੜੀ ਸਿੱਖਾਂ ਦੇ ਨਾਲ ਸੰਬੰਧਿਤ ਜਿਹੜੀ ਪੰਜਾਬ ਦੇ ਮਸਲਿਆਂ ਦੇ ਨਾਲ ਸੰਬੰਧਿਤ ਪੰਜਾਬ ਦੇ ਹੱਕਾਂ ਦੇ ਨਾਲ ਸੰਬੰਧਿਤ ਹੈ ਉਹ ਅੱਜ ਸਾਡੇ ਸਾਹਮਣੇ ਹੈ ਕਿ ਕਿੰਨਾ ਕੁ ਮੀਡੀਆ ਉਸ ਚੀਜ਼ ਨੂੰ ਪਿਕਅਪ ਕਰ ਰਿਹਾ ਹੁਣ ਉਸ ਮੀਡੀਆ ਨੂੰ ਛੱਡ ਕੇ ਜਦੋਂ ਅਸੀਂ ਆਪਣੇ ਨਾਰਥ ਅਮਰੀਕਾ ਦੇ ਮੀਡੀਆ ਵੱਲ ਵੀ ਆਉਂਦੇ ਹਾਂ ਚਾਹੇ ਉਹ ਕੈਨੇਡਾ ਦਾ ਮੀਡੀਆ ਚਾਹੇ ਉਹ ਯੂਨਾਈਟਿਡ ਸਟੇਟਸ ਦਾ ਮੀਡੀਆ ਹੈਗਾ ਖਾਸ ਤੌਰ ਦੇ ਉੱਤੇ ਜਿਹੜਾ ਸਾਊਥ ਏਸ਼ੀਅਨ ਜਾਂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਮੀਡੀਆ ਹਾਂਜੀ ਹੁਣ ਜਦੋਂ ਤਾਂ ਸਵਾਲ ਕਰਨੇ ਹੁੰਦੇ ਨੇ ਤੇ ਉਦੋਂ ਇਸੇ ਮੀਡੀਆ ਦੇ ਵੱਲੋਂ ਮੈਂ ਆਪਣੇ ਟੋਰਾਂਟੋ ਦੇ ਮੀਡੀਆ ਦੀ ਵੀ ਗੱਲ ਕਰਦਾ ਕਿ ਕਦੀ ਵੀ ਇਹਨਾਂ ਨੇ ਮੌਕੇ ਦੇ ਉੱਤੇ ਇਸ਼ੂ ਨੂੰ ਨਹੀਂ ਚੱਕਿਆ ਪਰ ਜਦੋਂ ਮੌਕਾ ਬੀਤ ਜਾਂਦਾ ਤੇ ਉਦੋਂ ਇਹ ਜ਼ਰੂਰ ਕਹਿੰਦੇ ਨੇ ਕਿ ਪੰਥਕ ਧਿਰਾਂ ਨੇ ਕੀ ਕੀਤਾ ਹਾਂਜੀ ਉਦੋਂ ਸਵਾਲੀਆ ਚਿੰਨ ਫਿਰ ਪੰਥਕ ਧਿਰਾਂ ਦੇ ਉੱਤੇ ਲਾਇਆ ਜਾਂਦਾ ਪਰ ਸਵਾਲ ਮੈਂ ਇਹਨਾਂ ਨੂੰ ਕਰਦਾ ਕਿ ਅੱਜ ਮੌਕਾ ਇਹਨਾਂ ਨੇ ਕਿੰਨਾ ਕਲਾਮ ਬੰਦ ਕੀਤਾ ਲੋਕਾਂ ਨੂੰ ਜੀ ਬਿਲਕੁਲ ਕੋਈ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਮੀਡੀਆ ਦਾ ਕੰਮ ਇਹ ਹੀ ਨਹੀਂ ਹੈਗਾ ਕਿ ਸਿਰਫ ਤੇ ਸਿਰਫ ਕਮਰਸ਼ੀਅਲ ਦੇਣੇ ਨੇ ਸਬਜ਼ੀਆਂ ਵੇਚਣੀਆਂ ਨੇ ਮੀਡੀਆ ਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਂ ਇਸ ਗੱਲ ਨੂੰ ਤਸਲੀਮ ਕਰਦਾ ਕਨਫੈਸ ਕਰਦਾ ਇਸ ਚੀਜ਼ ਨੂੰ ਕਿ ਜਿਹੜਾ ਸਾਡਾ ਮੀਡੀਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਚਾਹੇ ਉਹ ਹਿੰਦੁਸਤਾਨੀ ਮੀਡੀਆ ਚਾਹੇ ਉਹ ਜਿਹੜਾ ਕੈਨੇਡੀਅਨ ਜਾਂ ਅਮੈਰੀਕਨ ਜਿਹੜਾ ਮੀਡੀਆ ਹੈਗਾ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਜੀ ਬਿਲਕੁਲ ਬਿਲਕੁਲ ਤੇ ਹਰਪ੍ਰੀਤ ਸਿੰਘ ਜੀ ਇਸ ਤਰ੍ਹਾਂ ਇਹ ਵੀ ਜਾਣਨਾ ਚਾਹੁੰਦਾ ਤੁਹਾਡੇ ਵਿਚਾਰ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਸਾਡਾ ਸਾਰਿਆਂ ਦਾ ਮਕਸਦ ਹੈ ਸਿੱਖਾਂ ਦੀ ਖੁਸ਼ਹਾਲੀ ਅਤੇ ਸਰਬੱਤ ਦਾ ਭਲਾ ਪਰ ਜਿਸ ਤਰ੍ਹਾਂ ਪੰਜਾਬ ਦੇ ਇੰਨੇ ਮੰਦੇ ਹਾਲਾਤ ਨੇ ਸਾਰੇ ਸਿੱਖਾਂ ਦੀ ਜਵਾਨੀ ਸਾਰੇ ਪੰਜਾਬੀਆਂ ਦੀ ਜਵਾਨੀ ਇੰਨੇ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਹੈ ਅਤੇ ਦੂਸਰੇ ਪਾਸੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਬੇਰੁਜ਼ਗਾਰ ਨੇ ਅਤੇ ਜੇਲ੍ਹਾਂ ਵਿੱਚ ਸਾਡੇ ਭਰਾ 25-25 30-30 ਸਾਲਾਂ ਤੋਂ ਬੰਦ ਨੇ ਅਤੇ ਸਾਡੇ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਨੇ ਵਿਚਾਰ ਨੇ ਇੰਡੀਆ ਨੂੰ ਤਾਂ ਕੀ ਖਿਲਾਉਣਾ ਵਿਚਾਰੇ ਆਪਣੇ ਘਰ 'ਚ ਭੁੱਖਮਰੀ ਨਾਲ ਮਰ ਰਹੇ ਨੇ ਆਪਣੇ ਆਪ ਨੂੰ ਫਾਹੇ ਲਗਾ ਰਹੇ ਨੇ ਪਰ ਦੂਸਰੇ ਪਾਸੇ ਇੰਨੀ ਪੰਜਾਬ ਦੇ ਵਿੱਚ ਇੰਨੀ ਅਯਾਸ਼ੀ ਹੈ ਇੰਨੀ ਰੰਗੀਨੀਅਤ ਹੈ ਇੰਨੀ ਐਸ਼ੋ ਇਸ਼ਰਤ ਹੈ ਜਿਸ ਤਰ੍ਹਾਂ ਬਾਦਲ ਸਰਕਾਰ ਬਾਦਲ ਦਾ ਟੱਬਰ ਅਕਾਲੀ ਬਾਦਲ ਸਾਰੀ ਜਿੰਨੀ ਵੀ ਸਰਕਾਰ ਇਹਨੇ ਚੇਲੇ ਨੇ ਉਹ ਕਿਸ ਤਰ੍ਹਾਂ 6.5 ਕਰੋੜ ਲਗਾ ਕੇ ਪ੍ਰਿਯੰਕਾ ਚੋਪੜਾ ਠੁਮਕੇ ਦੇਖਦੇ ਨੇ ਦੂਸਰੇ ਪਾਸੇ ਮਿਸ ਪੂਜਾ ਕੋ ਗਾਣੇ ਸੁਣ ਕੇ ਉਸ ਨੂੰ ਪਿਓ ਪੁੱਤ ਦੋਨਾਂ ਦੇ ਮੂੰਹ ਅੱਡੇ ਦੇ ਅੱਡੇ ਰਹਿ ਜਾਂਦੇ ਨੇ ਕਬੱਡੀ ਜਿਹੜੇ
अड्डे अड्डे रह जाते हैं। एक पासे इन्नी अमीरी ते भुखमरी है, तो दूसरे पासे इन्नी अमीरी है, तो एक पासे इन्नी भुखमरी है। इस नूं किस तरह बैलेंस किया जा सकता है, इस बारे में थोड़ी जानकारी दिओ। देखो उन्नी देर तक कोई भी स्टेट खुशहाल नहीं हो सकती जी जिन्नी देर तक उस स्टेट के जेड़े रिसोर्स ने, चाहे वह नैचुरल रिसोर्स हो चाहे वह ह्यूमन रिसोर्स हो, जिन्नी देर तक उन्होंने उत्ते हक जेड़ा उस स्टेट का नहीं हुंदा, जिन्नी देर तक उन्होंने मैनेज करन दा जेड़ा हक आ उस स्टेट के कोल नहीं हुंदा। अज असी दोनों चीजा देखते हैं तो ना तो ह्यूमन रिसोर्स के उत्ते स्टेट का हक है और ना ही जेड़े साडे नैचुरल रिसोर्स ने उन्होंने उके उत्ते कोई भी जेड़ी प्रांत की सरकार हैगी उदा कोई हक है। हुण साडे कोल नैचुरल रिसोर्स केड़े ने, पानी ने साडे कोल जेड़े नैचुरल रिसोर्स ने। हुण नैचुरल रिसोर्स की जिस तरीके दे नाल डिस्पॉयलेशन हो रही, मैं ते थोड़ा डिफाइन जरूर करना चाहूंगा कि एक रिसोर्स की एक्सपॉयटेशन होंदी आ और एक डिस्पॉयलेशन होंदी आ। एक्सपॉयटेशन जेड़ी रिसोर्स की होंदी आ वो असीं इस तरह कह सकते हैं पंजाबी दे विच कि जिवें शोषण हो रहा उन्हां दा, उन्हां दी जिहड़ी रिसोर्स दे असली असली पैसे जिहड़े ओह नहीं मिल रहे, शोषण हो रहा। तुहानूं तुहाडा कोई भी काम करदे हो, तुसीं लेबर करदे हो, शोषण यह है कि लेबर नूं उन्हां दे काम दे हिसाब दे नाल पैसे नहीं दिते जांदे। पर दूसरे पासे यह हुंदी है कि डिस्पॉयलेशन, पंजाबी दे विच जे डिस्पॉयलेशन कहना होवे ते ओह निस तों नबूद करना किसी चीज़ नूं। हुण जिहड़ी पंजाब दे हालात ने वह नैचुरल रिसोर्स दे उत्ते नेस तो नबूद होण वाले ने, डिस्पॉयलेशन दी कगार दे उत्ते पहुंचिया होया जी। एक पासे पंजाब दा किसान जिन्हों की 1960-70 दे विच इह कहा जांदा सी कि पंजाब इंडिया दी ब्रेड बास्केट है, हां जी, उन्हां नूं गलत पॉलिसियां दे थले वक्रियां वक्रियां जिहड़ियां उन्हां नूं फसलां दित्तियां गईयां जी, उन्हां दे विच झोने दी फसल जिहड़ी कि ज्यादा पानी दी डिमांड करदी है, जबकि झोना कदी भी पंजाब दी स्टेपल फूड नहीं रहा, पंजाब दी आम खुराक जिहड़ा सीगा पहलां नहीं सी जी। पर पॉलिसियां दे तहत झोना जिहड़ा पंजाब नूं दित्ता गया क्योंकि पंजाब दे कोल उस समय पानी दी मात्रा ज्यादा सी। हां जी। और दूसरे पासे हुण की होया, जिन्ने भी दरियावां दे साडे पानी ने ਉਹ ਜ਼ਿਆਦਾ ਰਾਜਸਥਾਨ ਨੂੰ 8.6 million ਏਕੜ ਫੀਟ ਔਰ ਜਾਂ ਉਹ ਦਿੱਤੇ ਜਾ ਰਹੇ ਹਰਿਆਣਾ ਨੂੰ ਅਰਾਊਂਡ 4 million ਏਕੜ ਫੀਟ ਜੀ। ਹੁਣ ਪੰਜਾਬ ਨੂੰ ਕੋਈ 32.5 million ਏਕੜ ਫੀਟ ਪਾਣੀ ਚਾਹੀਦਾ ਜੇਕਰ ਉਹ ਝੋਨਾ ਤੇ ਉਹਨੇ ਕਣਕ ਦੀ ਕਾਸ਼ਤ ਕਰਨੀ ਹੈ, ਪਰ ਅੱਜ ਪੰਜਾਬ ਨੂੰ ਸਿਰਫ 4 million ਏਕੜ ਫੀਟ ਜਿਹੜਾ ਪਾਣੀ ਉਹ ਦਿੱਤਾ ਜਾ ਰਿਹਾ, ਜਿਹੜਾ ਕਿ ਕਿਸੇ ਵੀ ਤਰੀਕੇ ਇਹਦੀ ਤਰਕ ਸੰਗਤਾ ਜਿਹੜੀ ਆ ਉਹ ਨਹੀਂ ਬਣਦੀ। और जेकर असी एक पैसे नू एक लीटर पानी दिने आ ते पंजाब हर साल इन्हां दोहां स्टेटां नू जिन्ना पानी दे रहा सी, $4 billion जिहड़ा असी लूज कर रहे हां। हुण दूसरे पासे की है कि ह्यूमन रिसोर्सिज नू उन्हां नू पढ़ाया लिखाया नहीं जा रहा कोई, क्योंकि पॉलिसियां नहीं इहो जिहियां ल्यूक्रेटिव हैगियां जां ल्योर करन वालियां हैगियां जिहड़ियां कि लोकां नू इस चीज़ वल आकर्षित कर सकन कि उन्हां ने अपने बच्चों नू पढ़ाउणा, क्योंकि पढ़ाई तक उन्हां बच्चों की एक्सेस जिहड़ी आ बहुत घट है जी। हुण एक होर चीज आ जांदी आर्थिकता दे उत्ते कि पंजाब नूं जिन्ना पैसा घल्लिया जांदा विदेशां दे विचों जी, हुण पिछले महीने अगस्त दे विच, पिछले महीने नहीं अगस्त दे विच कोई $71 billion जिहड़ा ओह NRIs दे वलों उस मुल्क नूं भेजिया गया। हुण उहदे विचों जे असीं घट तों घट वी अनुमान लगाईए, जेकर असीं इह वी कहीए कि उन्होंने जो जे $71 billion भेजिया तो 10% तो सिखा ने भेजा होगा ना पंजाब नूं, असीं घट तो घट भी ला के चलीए, जस्ट स्पैकुलेशन। उस हिसाब के नाल भी असीं यह देखते हैं कि $7 billion प्लस $4 billion वह जिहड़ा असीं पानी तो लूज कर रहे हैं। हाँ जी। पंजाब का जो बजट सीगा 536 billion रुपये का सीगा जी, और जे असीं सिर्फ इन्हां दोवां फैक्टर्स नूं ही लैके चलीए तो पंजाब के कोल सरप्लस मनी बनता जिहड़ा कि ओह बिना कोई टैक्स दित्ते आ बिना कोई टैक्स लाया ओह पंजाब दी पूरी जिहड़ी बजट नूं कंप्लीट कर सकदा। हुण इह जिहड़ियां जिहड़ियां चीज़ां दे विच पंजाब दे कोल बहुतात है ओह सारियां इन्हां ने नैशनलाइज कीतियां ने, बैंकां नैशनलाइज कीतियां होईयां ने, और जिहड़ा पानी दे रिसोर्स ने ओह भी केंद्र नूं दित्ते होए ने। सो
अल्टीमेटली की हो रहा किसानों के उत्ते स्ट्रेस जी दिन पर दिन वध रही है। मैनु भी पता कि समा बहुत घट एक मिनट का टाइम रह गया, मैं बहुत सारा इन एक्सपाउंड नहीं कर पावगा, पर अखीर मैं इन्ना ही कहगा जिनी देर तक वह साढ़े अधिकार खेत्र सारे रिसोर्स नहीं आते जे पंजाब की आर्थिकता जी कभी भी कंट्रोल नहीं की जा सकती। बिल्कुल बिल्कुल हरप्रीत जी तुम सही क्या, बस सिख मसलों के उपर सवाल तो सारे को होर भी बहुत ने, जिस तरह से थोड़ा गल करते हूँ भी गल की है, पर सा हम वक्त समाप्ति वाल जा रहा है, तो मैं थोड़े को इतने ही इजाजत लैनी है। थोड़ा बहुत बहुत शुक्रिया कि तुम अपना टाइम कट के सारी सिख संगत के रूबरू हो, तो मैं इतने इजाजत लैनी हाँ। वाहगुरू जी का खालसा वाहगुरू जी की फतेह। व्यूअर्स इतने मैं थोड़े को इजाजत लैनी हाँ, कल मिलेंगे सेम टाइम सेम शो से, तद तक लिए वाहगुरू जी का खालसा वाहगुरू जी की फतेह।